ਪਟਿਆਲਾ ਸ਼ਾਹੀ ਜਾਇਕੇ 'ਚ ਤੁਹਾਡਾ ਸਵਾਗਤ ਹੈ। ਅੱਜ ਬਣਾਵਾਂਗੇ ਮਸ਼ਰੂਮ ਮਨਚੂਰੀਅਨ। ਮਸ਼ਰੂਮ ਨੂੰ ਧੋ ਕੇ ਇਸ ਤਰ੍ਹਾਂ ਕੱਟ ਕਰ ਲੈਣਾ। ਪਾਣੀ ਨੂੰ ਗਰਮ ਕਰ ਲੈਣਾ। ਪਾਣੀ ਵਿੱਚ ਮਸ਼ਰੂਮ ਨੂੰ ਪਾ ਲਓ। ਜਦੋਂ ਇੱਕ ਉਬਾਲ ਆ ਜਾਏਗਾ ਤੇ ਗੈਸ ਬੰਦ ਕਰ ਦੇਣੀ। ਹੁਣ ਇੱਕ ਉਬਾਲ ਆ ਚੁੱਕਿਆ ਹੈ, ਗੈਸ ਬੰਦ ਕਰ ਦਿਆਂਗੇ। ਹੁਣ ਆਪਾਂ ਇਸਨੂੰ ਸਟੇਨਲੈਸ ਛਾਣ ਲਾਂਗੇ। ਗਰਮ ਬਹੁਤ ਸੀ, ਤੁਸੀਂ ਵੀ ਧਿਆਨ ਨਾ ਕਰਨਾ। ਅੱਧਾ ਚਮਚ ਨਮਕ ਐਡ ਕਰਾਂਗੇ, ਅੱਧਾ ਚਮਚ ਲਾਲ ਮਿਰਚ ਪਾਊਡਰ ਐਡ ਕਰਾਂਗੇ, ਅੱਧਾ ਚਮਚ ਹੀ ਜਿੰਜਰ ਗਾਰਲਿਕ ਪੇਸਟ ਪਾਵਾਂਗੇ। ਇੱਕ ਚਮਚ ਬੇਸਣ ਪਾਵਾਂਗੇ। ਇੱਕ ਚਮਚ ਮੈਦਾ ਪਾਵਾਂਗੇ। ਇੱਕ ਚਮਚ ਅਰਾਰੋਟ ਪਾਵਾਂਗੇ। ਇੱਕ ਛੋਟਾ ਟੀਸਪੂਨ ਸੋਇਆ ਸੌਸ ਪਾਵਾਂਗੇ। ਸੋਇਆ ਸੌਸ ਪਾਵਾਂਗੇ। ਹੁਣ ਇਸਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਸਾਰੇ ਬੈਟਰ ਖੁੰਬਾਂ ਇਸਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਸਾਰੇ ਸਮਾਨ ਦੀ ਕੋਟਿੰਗ ਮਸ਼ਰੂਮ ਉੱਪਰ ਹੋ ਜਾਵੇ। ਹੁਣ ਤੇਲ ਗਰਮ ਵਿੱਚ ਆਪਾਂ ਮਸ਼ਰੂਮ ਫਰਾਈ ਕਰ ਲਾਂਗੇ। ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ ਇਸਨੂੰ। ਸਾਰੀਆਂ ਇਸ ਨੂੰ ਫਰਾਈ ਕਰ ਲੈਣਾ। ਮਸ਼ਰੂਮ ਨੂੰ ਬਾਹਰ ਕੱਢ ਲੈਣਾ। ਸਾਰੀ ਮਸ਼ਰੂਮ ਫਰਾਈ ਹੋ ਚੁੱਕੀ ਹੈ। ਹੁਣ ਇਸੇ ਕੜਾਹੀ ਵਿੱਚ ਐਕਸਟਰਾ ਓਇਲ ਸਾਰਾ ਕੱਢ ਲਾਂਗੇ। ਥੋੜ੍ਹਾ ਜਿਹਾ ਓਇਲ ਰੱਖਾਂਗੇ ਆਪਾਂ। ਸਭ ਤੋਂ ਪਹਿਲਾਂ ਲਸਣ ਪਾਵਾਂਗੇ। ਲਸਣ ਨੂੰ ਜ਼ਿਆਦਾ ਫਰਾਈ ਨਹੀਂ ਕਰਨਾ। ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾਵਾਂਗੇ। ਹੁਣ ਦੋ ਕੱਟੇ ਹੋਏ ਪਿਆਜ਼ ਪਾਵਾਂਗੇ। ਮਸਾਲਾ ਭੁੰਨ ਰਿਹਾ। ਹੁਣ ਆਪਾਂ ਵੈਜ ਮਨਚੂਰੀਅਨ ਮਸਾਲਾ ਲੈ ਕੇ ਇੱਕ ਗਲਾਸ ਪਾਣੀ ਵਿੱਚ ਇਸਨੂੰ ਮਸਾਲੇ ਨੂੰ ਤਿਆਰ ਕਰਾਂਗੇ।
एक गिलास पानी घोल लाँगे इसमें पाउडर में। जोड़ा मसाला आप घोल लिया मंचूरियन मसाला ऐड करा हूँ आप मशरूम भी ऐड कर देंगे ना हम इसमें उबाल आने तक पकावे हूँ गैस बंद कर देंगे। मंचूरियन बिल्कुल बन के तैयार हो चुका है। मशरूम मंचूरियन ये साड़ी वीडियो वधिया लगे लाइक कमेंट सब्सक्राइब जरूर करना।